ਹੁਣ ਜਿਹੜਾ ਟੌਪਿਕ ਅਸੀਂ ਕਰਾਂਗੇ ਜੀ ਉਹ ਹੈਗਾ ਆ ਯੂਟਿਊਬ। ਠੀਕ ਆ ਜੀ, ਨੈਕਸਟ ਟੌਪਿਕ ਸਾਡਾ ਜਿਹੜਾ ਰਹਿੰਦਾ ਸੀਗਾ ਉਹ ਹੈਗਾ ਯੂਟਿਊਬ, ਫੇਸਬੁੱਕ ਤੋਂ ਬਾਅਦ ਯੂਟਿਊਬ। ਠੀਕ ਆ ਜੀ, ਯੂਟਿਊਬ ਦੇ ਵਿੱਚ ਕੀ ਆ ਜੀ, ਦੇਖੋ ਯੂਟਿਊਬ ਸਾਨੂੰ ਪਤਾ ਹੀ ਆ ਵਰਲਡ ਵਾਈਡ ਸਾਡੇ ਕੋਲ ਵੈਬਸਾਈਟ ਹੈਗੀ ਆ। ਠੀਕ ਆ ਜੀ, ਵੀਡੀਓ ਵਾਲੀ ਵੈਬਸਾਈਟ ਹੈਗੀ ਆ ਜਿਹ 'ਚ ਵੀਡੀਓਜ਼ ਆਪਾਂ ਪਾ ਸਕਦੇ ਹਾਂ, ਜਿੰਨੇ ਵਿਊਵਰਸ ਹੋਣਗੇ ਉਹਦੇ ਹਿਸਾਬ ਨਾਲ ਇਨਕਮ ਵੀ ਜਨਰੇਟ ਹੁੰਦੀ ਆ। ਠੀਕ ਆ ਜੀ, ਅਤੇ ਨੰਬਰ 1 ਪੂਰੇ ਵਰਲਡ ਵਾਈਡ ਸਾਈਟ ਹੈਗੀ, ਸਭ ਤੋਂ ਜ਼ਿਆਦਾ ਚੱਲਦੀ ਹੈ ਇਹ ਵਾਲੀ ਵੈਬਸਾਈਟ। ਠੀਕ ਆ ਜੀ, ਅਤੇ ਵੈਲ ਮੈਨੇਜਡ ਵੈਬਸਾਈਟ ਆ। ਇੱਕ ਟਾਈਮ ਸੀਗਾ ਜੀ ਜਦੋਂ ਯੂਟਿਊਬ ਦੇ ਵਿੱਚ ਨਾ ਜੀ ਡਾਊਨਲੋਡਿੰਗ ਤਾਂ ਹੁਣ ਵੀ ਵੈਸੇ ਸਿੱਧਾ ਸਿੱਧਾ ਆਪਸ਼ਨ ਨਹੀਂ ਹੈਗਾ, ਇੰਨੇ ਜ਼ਿਆਦਾ ਫੀਚਰ ਨਹੀਂ ਹੁੰਦੇ ਸੀ, ਜਦੋਂ FLV ਫਾਈਲਾਂ ਹੁੰਦੀਆਂ ਸੀਗੀਆਂ। ਅਤੇ ਹੁਣ ਇਹਦੇ 'ਚ MP4 ਹਾਈ ਕੁਆਲਿਟੀ HD ਬਹੁਤ ਸਾਰੀਆਂ ਫਾਈਲਾਂ ਇਹਦੇ 'ਚ ਹੁੰਦੀਆਂ ਨੇ ਸਾਡੇ ਕੋਲ। ਪਹਿਲਾਂ ਤਾਂ ਅਸੀਂ ਇਹਦੇ ਸਾਰੇ ਫੀਚਰਸ ਬਾਰੇ ਜਾਣੂ ਹੋਈਏ। ਠੀਕ ਹੈ ਜੀ, ਫੀਚਰਸ ਸਾਨੂੰ ਇਹਦੇ ਪਤਾ ਹੋਣੇ ਚਾਹੀਦੇ ਕਿ ਕੀ ਨਵੇਂ ਨਵੇਂ ਫੀਚਰ ਨੇ। ਫੋਰ ਐਗਜ਼ਾਮਪਲ ਮੈਂ ਤੁਹਾਨੂੰ ਇੱਕ ਵੀਡੀਓ ਚਲਾ ਕੇ ਦਿਖਾਉਂਦਾ ਹਾਂ, ਆਹ ਵੀਡੀਓ ਚੱਲ ਪਈ ਜੀ। ਠੀਕ ਆ ਜੀ, ਤਾਂ ਇਹਦੇ ਅਸੀਂ ਨਾ ਫੀਚਰ ਸਾਰੇ ਯੂਜ਼ ਕਰਕੇ ਦੇਖੀਏ। ਇਹਦੇ ਨਾਲ ਕੀ ਹੁੰਦਾ ਆ, ਸਬ ਟਾਈਟਲ ਆ ਗਿਆ, ਕਲਿੱਕ ਕੀਤਾ ਹਟ ਗਿਆ, ਸੈਟਿੰਗ ਵਿੱਚ ਆਹ ਦੇਖੋ ਜੀ ਕੁਆਲਿਟੀ, ਕੁਆਲਿਟੀ ਆਟੋ ਆ, ਆਟੋਮੈਟਿਕ ਇਹ ਸਪੀਡ ਦੇ ਹਿਸਾਬ ਨਾਲ, ਨੈੱਟ ਦੀ ਸਪੀਡ ਦੇ ਹਿਸਾਬ ਨਾਲ ਵੱਧ ਘੱਟ ਹੁੰਦੀ ਰਹੂਗੀ। HD 1080 ਤੱਕ ਇਹ ਹੈਗੀ ਆ। ਠੀਕ ਆ ਜੀ, 1920 ਤੱਕ ਅੱਜ ਕੱਲ੍ਹ ਆਉਣ ਲੱਗ ਗਈ, ਲੇਕਿਨ 1080 ਵੀ ਘੱਟ ਨਹੀਂ ਹੁੰਦਾ, ਬਹੁਤ ਹਾਈ ਡੈਫੀਨੇਸ਼ਨ ਆਇਆ 1080। ਤਾਂ ਆਟੋਮੈਟਿਕ ਆ, ਜੇ ਆਪਾਂ ਘਟਾ ਦਿਆਂਗੇ ਤਾਂ ਇਹਦੇ ਨਾਲ ਧੁੰਦਲੀ ਵੀਡੀਓ ਆਊਗੀ, ਅਤੇ ਇਹਦੇ ਨਾਲ ਨੈੱਟ ਘੱਟ ਯੂਜ਼ ਹੋਊਗਾ ਸਾਡਾ ਜੀ। ਜੇ ਮੰਨ ਲਓ ਤੁਹਾਨੂੰ ਲੱਗਦਾ ਵੀ ਨੈੱਟਵਰਕ ਸਾਡਾ ਛੋਟਾ ਆ, ਵਧੀਆ ਨਹੀਂ ਹੈਗਾ, ਦੇਖੋ ਧੁੰਦਲੀ ਆ ਰਹੀ ਆ, ਤਾਂ ਅਸੀਂ ਕੁਆਲਿਟੀ ਨੂੰ ਘਟਾ ਦਈਏ ਤਾਂ ਸਾਡਾ ਨੈੱਟ ਘੱਟ ਯੂਜ਼ ਹੋਊਗਾ ਜੀ। ਜਿੰਨੀ ਵੱਡੀ ਕੁਆਲਿਟੀ ਰੱਖਾਂਗੇ ਨੈੱਟ ਉਨਾ ਜ਼ਿਆਦਾ ਯੂਜ਼ ਹੋਊਗਾ, ਉਨੀ ਹਾਈ ਰੈਜੋਲਿਊਸ਼ਨ ਦੀ ਵੀਡੀਓ ਸਾਡੇ ਕੋਲ ਆਊਗੀ। ਆ ਦੇਖੋ ਜੀ, ਹੁਣ ਹਾਈ ਰੈਜੋਲਿਊਸ਼ਨ ਦੀ ਮੈਂ ਜ਼ੂਮ ਕਰ ਵੱਡਾ ਕਰਦਾ, ਆ ਦੇਖੋ ਜੀ। ਠੀਕ ਆ ਜੀ, ਠੀਕ ਆ ਜੀ, ਠੀਕ ਆ ਜੀ, ਤਾਂ ਇਹ ਸਾਰੇ ਫੀਚਰ ਯੂਜ਼ ਕਰੀਏ। ਹੁਣ ਦੇਖੋ ਜੀ, ਆ ਜਿਹੜੀ ਵੀਡੀਓ ਮੈਂ ਚਲਾਈ ਆ, ਇਹਦਾ ਚੈਨਲ ਕਿਹੜਾ ਆ, ਆਹ ਵਾਲਾ ਇਹਦਾ ਚੈਨਲ ਆ ਜੀ, ਰਿਦਮ ਵੋਇਸ। ਹੁਣ ਕੋਈ ਵੀ ਵੀਡੀਓ ਆ, ਦੇਖੋ ਜੀ ਆਹ ਵੀਡੀਓ ਆ, MM ਵਰਲਡ ਦਾ ਚੈਨਲ ਆ ਇਹਦਾ, ਸੱਚ ਚੈਨਲ ਇਹਦਾ। ਠੀਕ ਆ ਜੀ, PBN ਮਿਊਜ਼ਿਕ ਇਹ ਚੈਨਲ ਦੇ ਵਿੱਚ ਆਹ ਵੀਡੀਓ ਪਈ ਆ। ਠੀਕ ਆ ਜੀ, ਤੁਸੀਂ ਚੈਨਲ ਦੇ ਅੰਦਰ ਜਾਣਾ ਦੱਸ ਦੀਏ, ਇੱਥੇ ਕਲਿੱਕ ਕਰਦੇ ਹਾਂ, ਦੇਖੋ ਸਬਸਕ੍ਰਾਈਬਰ ਕਿੰਨੇ, 1.75 million ਸਬਸਕ੍ਰਾਈਬਰ ਨੇ ਜੀ। ਲੇਕਿਨ ਜਦੋਂ ਇਹ ਨਵੀਂ ਵੀਡੀਓ ਪਾਉਣਗੇ 1.75 million ਤੱਕ ਇਹ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਤੱਕ ਚਲੇ ਜਾਣਾ ਆ, ਨੋਟਿਸ ਹੋਈ ਆ ਨਵੀਂ ਅਪਲੋਡ ਹੋਈ ਆ। ਠੀਕ ਆ ਜੀ, ਇੱਥੇ ਮੈਂ ਕਲਿੱਕ ਕਰਦਾ, ਆਹ ਦੇਖੋ ਜੀ, ਹੁਣ ਜਿਵੇਂ ਆਹ ਵੀਡੀਓ ਆ ਇਹਨਾਂ ਨੇ ਕਿੰਨੀ ਦੇਰ ਪਹਿਲਾਂ ਪਾਈ ਆ। ਠੀਕ ਆ ਜੀ, ਇੰਨੇ ਵਿਊਵਰ ਹੋ ਗਏ, 2 ਵੀਕ ਪਹਿਲਾਂ ਪਾਈ ਆ ਜੀ। ਆਹ ਦੇਖੋ 11,32,296 ਜਿਹਦੇ ਸਬਸਕ੍ਰਾਈਬਰ ਮਿਲੇ ਨੇ ਹੋਣਗੇ, ਅਤੇ ਵਿਊ ਕਿੰਨੇ ਜ਼ਿਆਦਾ ਵਧਦੇ ਜਾਣਗੇ। ਦੇਖੋ ਜੀ, ਜਿੰਨੇ ਜ਼ਿਆਦਾ ਵਿਊ ਹੋਣਗੇ ਵਿੱਚ ਐਡਸ ਜਿਹੜੀਆਂ ਚੱਲਦੀਆਂ ਨੇ, ਐਡਸ ਤੋਂ ਫਿਰ ਇਹਨਾਂ ਕੰਪਨੀਆਂ ਨੂੰ ਇਨਕਮ ਵੀ ਜਨਰੇਟ ਹੁੰਦੀ ਆ। ਠੀਕ ਆ ਜੀ, ਤਾਂ ਇਹਨਾਂ ਕੰਪਨੀਆਂ ਦੇ ਜਿਹੜੇ ਹੁਣ ਮਿਊਜ਼ਿਕ ਕੰਪਨੀਆਂ ਦੇ, ਇਹਨਾਂ ਦੇ ਬਹੁਤ ਜ਼ਿਆਦਾ ਸਬਸਕ੍ਰਾਈਬਰ ਹੁੰਦੇ ਨੇ। ਠੀਕ ਆ ਜੀ, ਰਾਈਮ ਵੋਇਸ, ਠੀਕ ਆ ਨਾ, ਦੇਖੋ ਨਵੀਂ ਮੂਵੀ ਜਿਹੜੀ ਇਹਨਾਂ ਦੀ ਆਈ ਆ, ਉਹਦੇ ਵੀ ਬੈਨਰ ਉੱਪਰ ਲਗਾਇਆ ਹੋਇਆ ਵਾ। ਠੀਕ ਆ ਜੀ, ਅਤੇ ਵੀਡੀਓਜ਼ ਵਿੱਚ ਜਾਊਂਗੇ, ਸਾਰੀਆਂ ਲੇਟੈਸਟ ਵੀਡੀਓ ਉੱਪਰ ਆ ਜਾਣਗੀਆਂ। ਆਹ ਦੇਖੋ ਜੀ, ਲੇਟੈਸਟ ਗਾਣਾ ਜਿਹੜਾ ਹੈਗਾ 2 ਵੀਕ ਪਹਿਲਾਂ ਆਇਆ ਸੀ। ਠੀਕ ਆ ਜੀ, ਤਾਂ ਇਸ ਤਰੀਕੇ ਨਾਲ ਬਹੁਤ ਜ਼ਿਆਦਾ ਵਿਊਵਰਸ ਇਹਨਾਂ ਦੇ ਹੁੰਦੇ ਨੇ। ਤਾਂ ਇਹਨਾਂ ਦੇ ਡਿਜ਼ਾਈਨਰ ਵੀ, ਦੇਖੋ ਬੈਨਰ ਕਿੰਨਾ ਵਧੀਆ ਬਣਾਇਆ ਵਾ, ਡਿਜ਼ਾਈਨਰ ਵੀ ਅੱਛੇ ਅੱਛੇ ਬੈਠੇ ਹੁੰਦੇ ਆ, ਵੀਡੀਓ ਐਡੀਟਰ ਵੀ ਇਹਨਾਂ ਕੋਲ ਹੁੰਦੇ ਆ, ਕੰਪੋਜ਼ਰ, ਸਾਰੀ ਟੀਮ ਹੁੰਦੀ ਆ ਬੜੀ ਵਧੀਆ ਇਹਨਾਂ ਕੋਲੇ। ਠੀਕ ਆ ਜੀ, ਇਸਦਾ ਹੀ ਹੋਰ ਵੀ ਚੈਨਲ ਹੈਗੇ ਸਾਡੇ ਕੋਲ, ਇਹ ਅਸੀਂ ਜੀ ਕਰੀਏ ਸ਼ਿਮਾਰੂ। ਠੀਕ ਆ ਜੀ, ਸਪੀਡ ਰਿਕਾਰਡਸ, ਦੇਖੋ ਜੀ ਇਹ ਵੀ ਚੈਨਲ ਹੈਗਾ, ਇੱਥੇ ਮੇਰਾ ਸਟੂਡੈਂਟ ਜੋਬ ਕਰਦਾ ਸੀਗਾ, ਆਹ ਸਪੀਡ ਰਿਕਾਰਡ ਚੈਨਲ ਆ ਜੀ। ਇਹਦੇ ਅੰਡਰ ਵੀ ਸਿੰਗਰਾਂ ਦੀਆਂ, ਗਾਣਿਆਂ ਦੀਆਂ ਮੂਵੀਜ਼ ਤਿਆਰ ਹੁੰਦੀਆਂ ਨੇ, ਵੀਡੀਓਜ਼ ਤਿਆਰ ਹੁੰਦੀਆਂ ਨੇ। ਠੀਕ ਆ ਜੀ, ਆਹ ਦੇਖੋ ਇਹਨਾਂ ਦੇ ਵੀ ਸਬਸਕ੍ਰਾਈਬਰ ਬਹੁਤ ਹੋਣੇ, 229.2 million ਸਬਸਕ੍ਰਾਈਬਰ। ਠੀਕ ਆ ਜੀ, ਵੀਡੀਓ
ਵੀਡੀਓਜ਼, ਅਸੀਂ ਜੇ ਕੁਝ ਸਿੱਖਣਾ ਹੋਵੇ ਤਾਂ ਇਹਨਾਂ ਵੀਡੀਓ ਇਹਨਾਂ ਦੇ ਚੈਨਲਸ ਨੂੰ ਧਿਆਨ ਨਾਲ ਦੇਖਾਂਗੇ ਤਾਂ ਇੱਥੋਂ ਬੜਾ ਕੁਝ ਸਿੱਖਣ ਨੂੰ ਸਾਨੂੰ ਮਿਲ ਜਾਊਗਾ। ਠੀਕ ਆ ਜੀ, ਇੱਥੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲ ਜਾਊਗਾ, ਇਹਦਾ ਚੈਨਲ ਕਿਵੇਂ ਚੱਲਦੇ ਪਏ ਨੇ, ਕਿਵੇਂ ਕਿਵੇਂ ਇਹਨਾਂ ਨੇ ਕੰਟੈਂਟ ਲਗਾਏ ਹੋਏ ਨੇ, ਕਿਵੇਂ ਟਾਈਟਲ ਸੈੱਟ ਕਰਦੇ ਨੇ, ਹੁਣ ਕੋਈ ਵੀਡੀਓ ਹੀ ਆ ਇਹਦਾ ਟਾਈਟਲ ਕਿਵੇਂ ਆ, ਦੇਖੋ ਪੂਰਾ ਟਾਈਟਲ ਆ, ਦੇਖੋ ਦੇਖੋ ਧਿਆਨ ਦੇ ਨਾਲ। ਠੀਕ ਆ ਜੀ, ਅਤੇ ਇਹਦੀ ਡਿਸਕ੍ਰਿਪਸ਼ਨ ਦੇਖ ਸਕਦੇ ਹਾਂ, ਜਿਵੇਂ ਮੈਂ ਆਹ ਵੀਡੀਓ ਚਲਾਉਂਦਾ ਉਸ ਹਿਸਾਬ ਨਾਲ ਅਸੀਂ ਆਹ ਦੇਖੋ ਐਡ ਚੱਲ ਪਈ, ਐਡ ਤੋਂ ਇਹਨਾਂ ਨੂੰ ਇਨਕਮ ਜਨਰੇਟ ਹੁੰਦੀ, ਜਿੰਨੇ ਜਿੰਨੇ ਵਿਊ ਵਧੀਆ ਆ ਰਹੇ ਨੇ ਨਾਲ ਦੀ ਨਾਲ ਐਡਸ ਚੱਲ ਰਹੇ ਨੇ, ਐਡ ਤੋਂ ਇਨਕਮ ਹੁੰਦੀ। ਆਹ ਦੇਖੋ ਸਪੀਡ ਰਿਕਾਰਡ, ਆਹ ਦੇਖੋ ਕਿੰਨੇ ਵਧੀਆ ਤਰੀਕੇ ਨਾਲ ਇਹਨਾਂ ਨੇ ਸਾਰਾ ਕੁਝ ਇੱਥੇ ਦੱਸਿਆ ਹੋਇਆ ਵਾ, ਕਿੰਨੇ ਵਧੀਆ ਤਰੀਕੇ ਨਾਲ। ਠੀਕ ਆ ਨਾ ਜੀ, ਤਾਂ ਅਸੀਂ ਇਹਨਾਂ ਤੋਂ ਕਾਪੀ ਕਰਕੇ ਜਾਂ ਤਰੀਕਾ ਸਿੱਖ ਕੇ ਇਹਨਾਂ ਤੋਂ ਅਸੀਂ ਆਪਣੇ ਹਿਸਾਬ ਆਪਣੇ ਚੈਨਲ ਦੇ ਵਿੱਚ ਇੱਦਾਂ ਹੀ ਵੀਡੀਓ ਪਾਈਏ, ਅਪਲੋਡ ਕਰੀਏ, ਤਰੀਕੇ ਨਾਲ ਟਾਈਟਲ ਦਈਏ, ਠੀਕ ਹੈ ਨਾ, ਜਿਵੇਂ ਡਿਸਕ੍ਰਿਪਸ਼ਨ ਆ ਉਵੇਂ ਦਈਏ, ਤਾਂ ਸਾਡਾ ਚੈਨਲ ਵੀ ਬੜੇ ਵਧੀਆ ਲੈਵਲ 'ਤੇ ਇੱਦਾਂ ਚੱਲ ਸਕਦਾ ਆ, ਵਧੀਆ ਤਰੀਕੇ ਨਾਲ ਜੇ ਹੋਊਗਾ। ਇੱਦਾਂ ਹੀ ਬਹੁਤ ਸਾਰੇ ਚੈਨਲ ਹੋਰ ਵੀ ਹੈਗੇ ਸਾਡੇ ਕੋਲ, ਫੋਰ ਐਗਜ਼ਾਮਪਲ ਮੈਂ ਦਿਖਾਵਾਂ ਤੁਹਾਨੂੰ, ਲੈਟਸ ਟਾਕ ਇਨ ਇੰਗਲਿਸ਼, ਲੈਟਸ ਟਾਕ, ਲੈਟਸ ਲਰਨ ਇੰਗਲਿਸ਼ ਵਿਦ ਲੈਟਸ ਟਾਕ। ਠੀਕ ਹੈ ਜੀ, ਆਹ ਦੇਖੋ ਚੈਨਲ ਕਿੰਨਾ ਵਧੀਆ ਇਹਨਾਂ ਦਾ ਹੈਗਾ, ਇੱਥੇ ਕਲਿੱਕ ਕੀਤਾ ਮੈਂ। ਹੁਣ ਇਹਨਾਂ ਦੇ ਵਿੱਚ ਅਸੀਂ ਇੰਗਲਿਸ਼ ਸਿੱਖਣੀ ਹੋਵੇ, ਆਹ ਦੇਖੋ ਇਹਨਾਂ ਦੇ ਸਾਰੇ ਨਾਇਸ਼ਾ ਇਹ ਟਿਊਟਰ ਵਾ, ਆਹ ਟਿਊਟਰਸ ਨੇ ਸਾਰੇ ਇਹਨਾਂ ਕੋਲ, ਠੀਕ ਹੈ ਨਾ, ਇਹਨਾਂ ਦੀ ਵੀਡੀਓਜ਼ ਇਹਦੇ ਵਿੱਚ ਪਈਆਂ ਨੇ ਸਾਡੇ ਕੋਲ, ਬਹੁਤ ਵਧੀਆ ਵਧੀਆ। ਠੀਕ ਆ ਜੀ, ਤਾਂ ਸਟੈਪ ਬਾਏ ਸਟੈਪ ਅਸੀਂ ਇਹਨੂੰ ਦੇਖਾਂਗੇ, ਆਈਲਸ ਦੀ ਤਿਆਰੀ ਕਰ ਸਕਦੇ ਹਾਂ ਅਸੀਂ, ਹੋਰ ਵੀ ਇੰਗਲਿਸ਼ ਇੰਪਰੂਵ ਕਰ ਸਕਦੇ ਹਾਂ ਇਸ ਅਸੀਂ ਆਪਣੀ। ਠੀਕ ਹੈ ਨਾ ਜੀ, ਤਾਂ ਇਸ ਕਰਕੇ ਬਹੁਤ ਸਾਰੇ ਆਪਣੇ ਕੋਲ ਵਧੀਆ ਵਧੀਆ ਸਾਨੂੰ ਨੌਲੇਜ ਹੋਣੀ ਚਾਹੀਦੀ ਚੈਨਲ ਕੀ ਆ, ਕਿਵੇਂ ਕਿਵੇਂ 'ਚ ਵੀਡੀਓਜ਼ ਪਾਈਆਂ ਜਾਂਦੀਆਂ ਨੇ। ਤਾਂ ਮੈਂ ਆਪਣਾ ਚੈਨਲ ਖੋਲ੍ਹ ਕੇ ਦਿਖਾ ਦਿੰਦਾ ਜੀ, ਤਾਂ ਇੱਦਾਂ ਹੀ ਚੈਨਲ ਕ੍ਰੀਏਟ ਹੋ ਜਾਂਦੇ ਆ ਜੀ ਆਪਣੀ ਈਮੇਲ ਆਈਡੀ ਤੋਂ, ਠੀਕ ਆ ਜੀ, ਅਤੇ ਉੱਥੋਂ ਫਿਰ ਅਸੀਂ ਵੀਡੀਓ ਅਪਲੋਡ ਉਸ ਚੈਨਲ ਦੇ ਅੰਡਰ ਕਰ ਸਕਦੇ ਹਾਂ, ਇੱਦਾਂ ਬੈਨਰ ਲਗਾ ਸਕਦੇ ਹਾਂ, ਸਾਰਾ ਕੁਛ। ਜਿਵੇਂ ਜਿਵੇਂ ਵਿਊ ਸਾਡੇ ਵਧਣਗੇ ਉਵੇਂ ਉਵੇਂ ਸਾਨੂੰ ਬੈਨੀਫਿਟ ਵੀ ਮਿਲਣਗੇ। ਆ ਦੇਖੋ ਇਸ ਵੀਡੀਓ ਦੇ 34,135 ਵਿਊਜ਼ ਹੋ ਗਏ ਨੇ, ਇਹਦੇ 14K 14,000, ਇਸ ਵੀਡੀਓ ਦੇ 22K ਵਿਊਜ਼ ਹੋ ਚੁੱਕੇ ਨੇ 4 ਡੇ, ਦੇਖੋ 4 ਦਿਨ ਪਹਿਲਾਂ ਹੀ ਸਿਰਫ ਪਈ ਆ, ਇਹ 5 ਦਿਨ ਪਹਿਲਾਂ ਪਈ ਆ 43K। ਠੀਕ ਹੈ ਨਾ, ਅਤੇ ਬੜੇ ਵਧੀਆ ਤਰੀਕੇ ਨਾਲ ਪਿੱਛੇ ਡਿਜ਼ਾਇਨਰ ਲੱਗੇ ਹੋਏ ਨੇ, ਠੀਕ ਆ ਜੀ, ਡਿਵੈਲਪਰ ਡਿਜ਼ਾਇਨਰ ਵੀਡੀਓ ਐਡੀਟਰ ਲੱਗੇ ਹੋਏ ਨੇ, ਉਹ ਤਰੀਕੇ ਨਾਲ ਬਣਾ ਕੇ ਵੀਡੀਓ ਪਾ ਰਹੇ ਨੇ। ਠੀਕ ਆ ਜੀ, ਅਤੇ ਹੁਣ ਜੇ ਮੈਂ ਸਾਰੇ ਦਿਨ ਕਰਾਂ, ਜਿਹੜਾ ਹੁਣ ਮੇਰਾ ਮਕਸਦ ਹੈਗਾ ਆ ਯੂਟਿਊਬ ਚੈਨਲ ਬਣਾਉਣ ਦਾ, ਵੀਡੀਓ ਫਿਲਹਾਲ ਮੇਰਾ ਸਿਰਫ ਇੰਨਾ ਕੁ ਟਾਰਗੇਟ ਆ ਵੀ ਜਿਹੜੀਆਂ ਚੀਜ਼ਾਂ ਮੈਂ ਬੱਚਿਆਂ ਨੂੰ ਐਕਸਪਲੇਨ ਕਰਦਾ ਹਾਂ, ਮੈਂ ਚਾਹੁੰਦਾ ਵੀ ਉਹ ਚੀਜ਼ਾਂ ਮੇਰੇ ਕੋਲ ਰਿਕਾਰਡਡ ਹੋਣ, ਤਾਂ ਕਿ ਮੈਂ ਕਈ ਵਾਰੀ ਬੱਚਿਆਂ ਨੂੰ ਨਹੀਂ ਟਾਈਮ ਦੇ ਪਾਵਾਂ, ਤਾਂ ਉਹ ਉੱਥੋਂ ਮੇਰੀ ਕਈ ਗੱਲ ਨੂੰ ਸੁਣ ਸਕਣ। ਠੀਕ ਆ ਜੀ, ਤਾਂ ਉਹਦੇ ਲਈ ਮੈਂ ਆਪਣੀਆਂ ਵੀਡੀਓਜ਼ ਕ੍ਰੀਏਟ ਕਰ ਰਿਹਾ ਵਾਂ, ਠੀਕ ਹੈ ਨਾ ਜੀ, ਅਤੇ ਜਿਵੇਂ ਮੈਂ ਲੌਗਇਨ ਕੀਤਾ ਆ, ਮੇਰੇ ਹੁਣ ਉਹੀ ਵਾਲਾ ਚੈਨਲ ਆ ਗਿਆ ਵਾ, ਠੀਕ ਹੈ ਨਾ, ਮੈਂ ਇੱਥੇ ਤੁਹਾਨੂੰ ਦਿਖਾਵਾਂ ਤਾਂ ਆਕਾਸ਼ ਵੈਬਸ ਕੰਪਿਊਟਰ ਇੰਸਟੀਟਿਊਟ। ਠੀਕ ਆ ਜੀ, 61 ਸਬਸਕ੍ਰਾਈਬਰ ਨੇ, 97 ਵੀਡੀਓਜ਼ ਇਹਦੀਆਂ ਹੋ ਗਈਆਂ ਨੇ। ਠੀਕ ਆ ਜੀ, ਆਹ ਦੇਖੋ ਮੈਂ ਵੀ ਇਹ 'ਚ ਰੋਜ਼ ਵੀਡੀਓ ਪਾ ਰਿਹਾ ਜੀ। ਠੀਕ ਆ ਜੀ, ਜਿਵੇਂ ਉਹ ਚੈਨਲ ਸੀ ਉਹਨਾਂ ਨੂੰ ਦੇਖ ਕੇ ਮੈਂ ਇਹਦੇ 'ਚ ਹੋਰ ਵਾਲੇ ਮੈਂ ਵੀਡੀਓ ਬਣਾਉਣਾ ਪਾ ਰਿਹਾ, ਹੋਰ ਸੈਟਿੰਗ ਸਾਰੀਆਂ ਡਿਸਕ੍ਰਿਪਸ਼ਨ ਵਗੈਰਾ ਮੈਂ ਪਾਊਂਗਾ, ਠੀਕ ਹੈ ਨਾ, ਜਿਵੇਂ ਕਿ ਡਿਜੀਟਲ ਪਲੇਲਿਸਟ ਬਣਾਈਆਂ ਨੇ, ਜਿਵੇਂ ਡਿਜੀਟਲ ਮਾਰਕੀਟਿੰਗ ਦਾ ਟੋਪਿਕ ਸੀ ਉਹਦੀਆਂ ਸਾਰੀਆਂ ਵੀਡੀਓਜ਼ ਕੱਲ੍ਹ ਪਾਈਆਂ, ਠੀਕ ਹੈ, ਵੈਬਸਾਈਟ ਡਿਜ਼ਾਇਨਿੰਗ, ਪਾਵਰ ਪੁਆਇੰਟ ਦੀਆਂ ਅਲੱਗ ਅਲੱਗ ਇੱਦਾਂ ਪਲੇਲਿਸਟ ਬਣਾ ਕੇ ਉਹ 'ਚ ਪਾਈਆਂ ਗਈਆਂ ਨੇ। ਠੀਕ ਹੈ ਜੀ, ਤਾਂ ਇਸ ਤਰੀਕੇ ਦੇ ਨਾਲ ਅਸੀਂ ਹਾਂ ਲਾਈਕ ਵੀਡੀਓਜ਼ ਆ ਰਹੀਆਂ ਜੀ, ਮੇਰੀ ਬੇਟੀ ਦੇਖਦੀ ਰਹਿੰਦੀ ਆ, ਉਹਨੇ ਲਾਈਕ ਕੀਤੀਆਂ ਹੋਈਆਂ ਨੇ ਮੇਰੇ ਆਈਡੀ ਤੋਂ। ਠੀਕ ਆ ਜੀ, ਇਸ ਤਰੀਕੇ ਨਾਲ ਜੇ ਹੁਣ ਤੁਹਾਨੂੰ ਮੈਂ ਦਿਖਾਵਾਂ ਕਸਟਮਾਈਜ਼ ਚੈਨਲ ਯੂਟਿਊਬ ਸਟੂਡੀਓ, ਤਾਂ ਇਸ ਤਰ੍ਹਾਂ ਯੂਟਿਊਬ ਸਟੂਡੀਓ ਸਾਡੇ ਕੋਲ ਸਟੈਪ ਸਾਰੀਆਂ ਵੀਡੀਓਜ਼ ਆ ਜਾਂਦੀਆਂ ਨੇ, ਤਾਂ ਇਸ 'ਚ ਬਸ ਵੀਡੀਓ ਬਣਾਓ, ਅਪਲੋਡ ਕਰੋ, ਕਿਸੇ ਦੀ ਕਾਪੀ ਵੀਡੀਓ ਨਾ ਇਹਦੇ ਵਿੱਚ ਪਾਓ, ਆਪਣੀ ਬਣਾ ਕੇ ਪਾਓ, ਕਿਸੇ ਟੋਪਿਕ 'ਤੇ ਬਣਾਓ, ਉਹਦਾ ਚੈਨਲ ਬਣਾ ਕੇ ਅਸੀਂ ਇੱਥੋਂ ਵੀ ਇਨਕਮ ਜਨਰੇਟ ਕਰ ਸਕਦੇ ਹਾਂ, ਜਾਂ ਸਿਰਫ ਪ੍ਰਮੋਸ਼ਨ ਵਾਸਤੇ ਵੀ ਕਈ ਵਾਰੀ ਹੁੰਦੀ ਆ।
ਠੀਕ ਹੈ ਜੀ। ਹਾਂ ਦੇਖੋ ਮੈਂ ਵੀਡੀਓ ਪਾਈ ਆ। ਫਿਲਹਾਲ ਮੇਰਾ ਮਕਸਦ ਪੈਸੇ ਕਮਾਉਣਾ ਨਹੀਂ, ਮੇਰਾ ਮਕਸਦ ਹੈਗਾ ਵੀ ਉਹ ਟਿਊਟੋਰੀਅਲ ਇੱਕ ਪਲੇਸ ਦੇ ਉੱਤੇ ਵਧੀਆ ਪਲੇਟਫਾਰਮ ਦੇ ਉੱਤੇ ਰੱਖਣੇ ਆ, ਤਾਂ ਕਿ ਅੱਗੋਂ ਮੇਰੇ ਕੰਮ ਆ ਸਕਣ, ਮੇਰੇ ਸਟੂਡੈਂਟਸ ਦੇ ਕੰਮ ਆ ਸਕਣ। ਠੀਕ ਆ ਜੀ। ਤਾਂ ਇਸ ਕਰਕੇ ਜਿਹੜੇ ਹੁਣ ਮੇਰੇ ਬੱਚੇ ਘਰੇ ਬੈਠੇ ਨੇ, ਇਹਨਾਂ ਦਿਨਾਂ 'ਚ ਛੁੱਟੀਆਂ ਕਰਕੇ, ਕਰੋਨਾ ਕਰਕੇ ਛੁੱਟੀਆਂ ਨੇ, ਤਾਂ ਉਹ ਘਰੇ ਬੈਠੇ ਆ ਚੀਜ਼ਾਂ ਸੁਣ ਕੇ ਸਿੱਖ ਸਕਦੇ ਨੇ। ਆ ਦੇਖੋ ਇਹਦੇ 8 ਵਿਊ ਹੋਏ ਨੇ ਇਹਨਾਂ 24 ਮਾਰਚ ਨੂੰ ਪਾਈ ਆ ਇਹ, ਤਾਂ ਇਹਦੇ 2 ਹੋਏ ਨੇ। ਠੀਕ ਆ ਨਾ ਜੀ। ਉਸ ਤਰੀਕੇ ਨਾਲ ਮੈਂ ਸਾਰੀਆਂ ਵੀਡੀਓ ਬਣਾ ਬਣਾ ਪਾ ਰਿਹਾ ਵਾਂ, ਫੋਟੋਸ਼ਾਪ ਦੀਆਂ ਕੋਲਡਰਾਂ ਦੀਆਂ। ਤਾਂ ਇਸ ਤਰ੍ਹਾਂ ਨਾਲ ਅਸੀਂ ਇੱਥੋਂ ਅਪਲੋਡ ਕਰਾਂਗੇ, ਪਲੇਲਿਸਟ ਵਿੱਚੋਂ ਸਿਲੈਕਟ ਕਰਾਂਗੇ, ਇਹਦੇ ਵਿੱਚ ਇਹ ਬੜੀ ਆਸਾਨੀ ਨਾਲ ਅਪਲੋਡ ਹੋ ਜਾਂਦੀਆਂ ਨੇ, ਤਾਂ ਇਹਨੂੰ ਤੁਸੀਂ ਯੂਜ਼ ਕਰਕੇ ਦੇਖਣਾ ਜੀ। ਠੀਕ ਆ ਜੀ। ਇੱਥੇ ਆਪਾਂ ਕਲਿੱਕ ਕਰਦੇ ਹਾਂ, ਇਹਦੀ ਡਿਟੇਲ, ਇੱਥੇ ਐਨਾਲਿਟਿਕਸ ਇਹਦਾ ਆ ਗਿਆ, ਕਮੈਂਟਸ ਇਹਦੇ, ਵਿਊ ਯੂਟਿਊਬ 'ਤੇ ਵਿਊ ਕਰਨੀ ਆ ਆਪਸ਼ਨ, ਪ੍ਰਮੋਟ ਕਰਨਾ, ਇਹਨੂੰ ਡਿਲੀਟ ਕਰਨਾ, ਐਡੀਟਰ ਟਾਈਟਲ ਡਿਸਕ੍ਰਿਪਸ਼ਨ ਇਹਦੀ ਐਡਿਟ ਕਰਨੀ ਆ, ਐਨਾਲਿਟਿਕਸ ਦੱਸੂਗਾ ਕਿੰਨੇ ਵਿਊ ਹੋਏ, ਕਿਸ ਟਾਈਮ ਦੇ ਉੱਤੇ ਹੋਏ, ਸਾਰੀ ਉਹਦੀ ਡਿਸਕ੍ਰਿਪਸ਼ਨ ਆਊਗੀ। 2 ਵਿਊ ਹੋਏ ਆ ਪਾਸਟ ਟਾਈਮ, 0.1 ਔਰ ਠੀਕ ਹੈ ਨਾ, ਕਿੰਨੀ ਦੇਰ ਲਈ ਵਿਊ ਹੋਇਆ ਵਾ ਟਿਊਟੋਰੀਅਲ, ਸਾਰੀ ਡਿਟੇਲ ਆਊਗੀ ਸਾਡੇ ਕੋਲ। ਠੀਕ ਆ ਜੀ। ਠੀਕ ਆ ਨਾ ਜੀ। ਤਾਂ ਇੰਪ੍ਰੈਸ਼ਨ ਕਿੰਨੇ ਹੋਏ ਨੇ ਉਹ ਸਾਰਾ ਐਨਾਲਿਟਿਕਸ ਵੀਡੀਓ ਦਾ ਆਊਗਾ ਇੱਥੇ। ਠੀਕ ਆ। ਐਡੀਟਰ ਵਿੱਚ ਜਾ ਕੇ ਐਡਿਟ ਹੁੰਦੀ ਆ ਜੀ, ਐਡਿਟ ਦੇ ਵੀ ਥੋੜ੍ਹੇ ਜਿਹੇ ਆਪਸ਼ਨ ਇਹ 'ਚ ਹੈਗੇ ਨੇ। ਆ ਦੇਖੋ ਜੀ, ਆ ਟਾਈਮ ਲਾਈਨ 'ਤੇ ਆ ਗਈ ਵੀਡੀਓ, ਕੁਛ ਐਡ ਕਰਨਾ, ਡਿਲੀਟ ਕਰਨਾ, ਜੇ ਸਾਨੂੰ ਇਹ ਐਡੀਟਰ ਸਹੀ ਤਰੀਕੇ ਨਾਲ ਚਲਾਉਣਾ ਆਉਂਦਾ ਆ, ਇਸ ਆਪਰੇਸ਼ਨ ਵੀ ਪਰਫੋਰਮ ਕਰ ਸਕਦੇ ਹਾਂ। ਠੀਕ ਆ ਜੀ। ਕਾਫੀ ਸਾਰੇ ਆਪਰੇਸ਼ਨ ਅਸੀਂ ਇੱਥੇ ਪਰਫੋਰਮ ਕਰ ਸਕਦੇ ਹਾਂ। ਤਾਂ ਫਿਲਹਾਲ ਮੈਂ ਕੁਛ ਨਹੀਂ ਕਰ ਰਿਹਾ ਇੱਥੇ 'ਚ, ਕਿਉਂਕਿ ਮੈਂ ਆਪਣੇ ਐਡੀਟਰ 'ਚ ਹੀ ਕਰ ਰਹਿੰਦਾ ਹੁੰਦਾ ਹਾਂ। ਠੀਕ ਆ ਜੀ। ਤਾਂ ਇਹਨੂੰ ਧਿਆਨ ਨਾਲ ਦੇਖਣਾ ਜੀ, ਇਹੀ ਯੂਟਿਊਬ ਚੈਨਲ ਬਣਾ ਕੇ ਹੀ ਅਸੀਂ ਵੀਡੀਓਸ ਪਾ ਕੇ ਅਪਲੋਡ ਕਰਕੇ ਹੀ ਅਸੀਂ ਇਹਨੂੰ ਫਿਰ ਇਹਤੋਂ ਇਨਕਮ ਜਨਰੇਟ ਕਰ ਸਕਦੇ ਹਾਂ। ਠੀਕ ਹੈ ਨਾ ਜੀ। ਜਿਵੇਂ ਆ ਕਾਪੀਰਾਈਟ ਕਲੇਮ ਵਿੱਚ ਕਹਿੰਦੇ, ਇਹਦਾ ਮਤਲਬ ਇਹ ਆ ਵੀ ਇਹ 'ਚ ਤੁਸੀਂ ਐਡ ਨਹੀਂ ਲਗਾ ਸਕਦੇ। ਠੀਕ ਹੈ ਜੀ। ਤਾਂ ਇਹਦੇ 'ਚ ਵੀ ਅਸੀਂ ਟਰਾਈ ਕਰੀਏ, ਕੁਛ ਨਾ ਕੁਛ ਬਣਾ ਕੇ ਪਾਈਏ, ਫਿਰ ਹੀ ਸਾਨੂੰ ਪਤਾ ਲੱਗਣਾ ਕਿ ਕਿਵੇਂ ਇਨਕਮ ਜਨਰੇਟ ਇੱਥੋਂ ਕਰਨੀ, ਅਸੀਂ ਮਾਰਕੀਟਿੰਗ ਕਿਵੇਂ ਕਰਨੀ ਆਪਣੀ, ਜਾਂ ਆਪਣੀ ਕਈ ਵਾਰੀ ਕੀ ਹੁੰਦਾ ਇੱਥੋਂ ਇਨਕਮ ਜਨਰੇਟ ਨਹੀਂ, ਐਡ ਨਹੀਂ ਅਸੀਂ ਲਗਾਉਣੀਆਂ ਹੁੰਦੀਆਂ, ਅਸੀਂ ਆਪਣੇ ਕੰਮ ਦੀ ਪ੍ਰਮੋਸ਼ਨ ਵਾਲੀਆਂ ਵੀਡੀਓ ਬਣਾ ਬਣਾ ਕੇ ਵੀ ਪਾਈਏ, ਇਹਦੇ ਨਾਲ ਗੂਗਲ ਵਿੱਚ ਵੀ ਸਾਡੀ ਸਾਈਟ ਉੱਪਰ ਆਊਗੀ, ਗੂਗਲ ਦੇ ਵਿੱਚ ਵੀ ਬੈਨੀਫਿਟ ਸਾਨੂੰ ਹੋਊਗਾ ਇਹਦਾ, ਕਿਉਂਕਿ ਜਦੋਂ ਵੀਡੀਓ ਸਾਡੀਆਂ ਪਈਆਂ ਹੋਣਗੀਆਂ, ਡਿਸਕ੍ਰਿਪਸ਼ਨ ਹੋਊਗੀ, ਤਾਂ ਗੂਗਲ ਵਿੱਚ ਵੀ ਉਹ ਵੀਡੀਓ ਗੂਗਲ ਸਰਚ ਵਿੱਚ ਆਊਗੀ, ਤਾਂ ਉਹਦੇ ਨਾਲ ਸਾਨੂੰ ਬੈਨੀਫਿਟ ਹੋਊਗਾ ਜੀ। ਠੀਕ ਆ ਜੀ। ਤਾਂ ਯੂਟਿਊਬ ਚੈਨਲ ਬਣਾਉਣਾ ਇਹਦੇ ਵਿੱਚ, ਤਾਂ ਇਹਨੂੰ ਯੂਜ਼ ਕਰਨਾ ਆ, ਵੀਡੀਓ ਬਣਾ ਬਣਾ ਪਾਉਣੀਆਂ ਨੇ। ਠੀਕ ਆ ਜੀ। ਥੈਂਕ ਯੂ ਵੈਰੀ ਮੱਚ। ਥੈਂਕ ਯੂ।